लगे रहिंदे आ कोच कोहर है नवजोत सिद्धू ਉਹ ਵਿਆਹਾਂ ਸ਼ਾਦੀਆਂ 'ਚ ਨਾ ਲੈਣ ਦੇਣ ਵਾਲੇ ਸੂਟਾਂ ਵਰਗਾ ਹੈ ਉਹਨਾਂ ਨੂੰ ਨਾ ਕੋਈ ਖੋਲ੍ਹੇ ਨਾ ਕੋਈ ਸਮਾਵੇ ਗਾਹਾਂ ਚਾੜ ਦਿੰਦੇ ਨੇ ਕਈ ਵਾਰੀ ਸਾਲ ਡੂਢ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਕਹਿੰਦੇ ਖੋਲ੍ਹੋ ਨਾ ਭੂਆ ਦੀ ਕੁੜੀ ਦਾ ਵਿਆਹ 2 ਮਹੀਨੇ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ੍ਹ ਲਿਆ ਹੁਣ ਨਾ ਤਾਂ ਸਮਾਇਆ ਜਾਂਦਾ ਨਾ ਲਿਫਾਫੇ 'ਚ ਵਾਪਸ ਪੈਂਦਾ ਉਹ ਲੱਗਿਆ ਰਹਿੰਦਾ ਮਿੱਤਰ ਪਿਆਰੇ ਪਤਾ ਨਹੀਂ ਕੀ ਬਈ ਤੂੰ ਬਿਜਲੀ ਮੰਤਰੀ ਬਣਨ ਤੋਂ ਨਾ ਕਰਦੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ਼ ਕਰ ਦਿੰਦਾ ਬਿਜਲੀ ਆਪ ਦਾ ਕੁਝ ਕਰਨਾ ਨਹੀਂ ਕਿਸੇ ਨੂੰ ਕਰ ਨਹੀਂ ਦੇਣਾ ਨੁਕਸ ਕੱਢਣੇ ਇੱਕ ਬੰਦਾ ਸੀ ਬਹੁਤ ਨਗੋਚੀ ਸੀ ਨੁਕਸ ਕੱਢਦਾ ਸੀ ਹਰ ਗੱਲ 'ਚ ਨੈਗੇਟਿਵਿਟੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਕੱਢਦਾ ਇਹ ਕੋਈ ਗੱਲ ਪੋਜ਼ਿਟਿਵ ਕਰਦੇ ਹੀ ਨਹੀਂ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਚੋਂ ਨਹੀਂ ਕੱਢਦਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਭੇ 'ਚ ਕੁੱਤਾ ਇਧਰਲੇ ਪਾਸੇ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੁਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਟਣਾ ਹੀ ਕੱਟਣਾ ਲੋਕ ਸਭਾ ਕੋਈ ਕਦੇ ਕੋਈ ਪਾਰਟੀ 'ਚ ਹੁਣ ਤੁਸੀਂ ਦੇਖੋ ਸਾਰੀ ਕਾਂਗਰਸ ਬੀਜੇਪੀ 'ਚ ਫਿਰ ਕੈਪਟਨ ਬੀਜੇਪੀ 'ਚ ਫਿਰਦਾ ਉਹ ਜਾਖੜ ਉਹਦੇ ਨਾਲ ਬੁਰੀ ਹੋਈ ਹੈ ਉਹ ਕੈਪਟਨ ਤੁਸੀਂ ਦੁਖੀ ਹੋ ਕੇ ਗਿਆ ਸੀ ਕੈਪਟਨ ਵੀ ਆ ਨਾਲ ਹੀ ਉਹ ਮੂਹਰੇ ਖੜਾ ਹੁਣ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਵਿੱਚੇ ਕੋਈ ਮਤਲਬ ਮਨਪ੍ਰੀਤ ਬਾਦਲ ਵੀ ਫਿਰਦਾ ਉਧਰੀ ਕਈ ਤਾਂ ਇਹੋ ਜਿਹੇ ਨੇ ਪੰਜਾਬ 'ਚ ਲੀਡਰ ਸਵੇਰੇ ਜਾਂਦੇ ਜਾਂਦੇ ਗੱਡੀ 'ਚ ਡਰਾਈਵਰ ਨੂੰ ਪੁੱਛਦੇ ਨੇ ਭੋਗ 'ਤੇ ਜਾਣਾ ਅੱਜ ਆਪਾਂ ਕਿਹੜੀ ਪਾਰਟੀ ਕੋਲ ਬੋਲਾਂਗੇ ਆਪ ਨੂੰ ਵੀ ਨਹੀਂ ਪਤਾ ਕਿੰਨੀਆਂ ਬਦਲੀਆਂ ਅਕਾਲੀ ਦਲ ਨੇ ਉਹ ਚਲਾ ਲਈ ਹੁਣ ਯਾਤਰਾ ਕਿਹੜੀ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੀ ਨਹੀਂ ਮਸਾਂ ਤਾਂ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕੱਢੀ ਜਾਂਦਾ ਮੈਨੂੰ ਕੋਈ ਕਿਤੇ ਮੈਂ ਇੱਕ ਸੀ ਡੀ 'ਚ ਕਿਤੇ ਕੀਤਾ ਸੀਗਾ ਨੀਲ ਐਮਸਟਰੰਗ ਜੋ ਸੀਗਾ ਦੁਨੀਆ ਦਾ ਪਹਿਲਾ ਬੰਦਾ ਸੀ ਜਿਹੜਾ ਚੰਦ 'ਤੇ ਗਿਆ ਸੀ ਨੀਲ ਐਮਸਟਰੰਗ ਅਮਰੀਕਾ ਦਾ ਸਾਇੰਟਿਸਟ ਜਦੋਂ ਉਹਨੇ ਚੰਦ 'ਤੇ ਪੈਰ ਧਰਿਆ ਬੜਾ ਖੁਸ਼ ਕਹਿੰਦਾ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਨੇ ਚੰਦ 'ਤੇ ਪੈਰ ਧਰਿਆ ਮੇਰਾ ਨਾਂ ਹਿਸਟਰੀ 'ਚ ਲਿਖਿਆ ਜਾਊ ਅਮਰੀਕਾ ਦਾ ਝੰਡਾ ਕੱਢ ਕੇ ਕਹਿੰਦਾ ਥੋੜ੍ਹਾ ਜਿਹਾ ਦਰ ਘੁੰਮਿਆ ਉਹਨੇ ਥੋੜ੍ਹੀ ਦੂਰ ਗਿਆ ਅਗਲੇ ਮੋੜ 'ਤੇ ਇੱਕ ਪੰਜਾਬੀ ਸ਼ੇਰੇ ਪੰਜਾਬ ਢਾਬਾ ਖੋਲ੍ਹੀ ਬੈਠਾ ਚੰਦ 'ਤੇ ਉਹ ਕਹਿੰਦਾ ਆਓ ਬਾਬੂ ਜੀ ਦੱਸੋ ਫਿਰ ਮਟਰ ਪਨੀਰ ਬਣਾਈਏ ਜਾਂ ਫਿਰ ਆਲੂ ਲਾ ਦੀਏ ਤੜਕਾ ਫਿਰ ਕੀ ਦਾਲ ਮੱਖਣੀ ਬਣਾ ਦੀ ਉਹ ਕਹਿੰਦਾ ਯਾਰ ਮੈਂ ਸੋਚਦਾ ਸੀ ਮੈਂ ਹੀ ਹਾਂ ਪਹਿਲਾਂ ਤੂੰ ਤਾਂ ਇੱਥੇ ਢਾਬਾ ਖੋਲ੍ਹੀ ਬੈਠਾ ਯਾਰ ਤੂੰ ਕਦੋਂ ਆ ਗਿਆ ਸੀ ਕਹਿੰਦਾ ਕਦੋਂ ਕਦੋਂ ਵਾਲੀ ਗੱਲ ਨਾ ਪੁੱਛੋ ਜੀ ਕਹਿੰਦਾ ਫਗਵਾੜੇ ਦੇ ਇੱਕ ਟਰੈਵਲ ਏਜੰਟ ਨਾਲ 15 ਲੱਖ 'ਚ ਅਮਰੀਕਾ ਲਿਜਾਣ ਦੀ ਗੱਲ ਹੋਈ ਸੀ ਪਤਾ ਨਹੀਂ ਕਿੱਥੇ ਲਾ ਗਿਆ ਇੱਥੇ ਜਾੜ ਜੀ ਅਸੀਂ ਤਾਂ ਉੱਥੇ ਬੈਠੇ ਹਾਂ ਸਾਨੂੰ ਨਹੀਂ ਕੋਈ ਸਾਡੀ ਲਿਮਿਟ ਨਹੀਂ ਹੈਗੀ ਕੋਈ ਤਰੱਕੀ ਦੀ ਸੋ ਇਸ ਕਰਕੇ ਅਸੀਂ ਮਾਰਸ਼ਲ ਕੌਮ ਮੰਨੀ ਜਾਂਦੀ ਹੈ ਸਾਡੀ ਸੋ ਹਾਂ ਪਿਛਲੇ ਦਿਨਾਂ 'ਚ ਸਾਨੂੰ ਲੁੱਟਿਆ ਅਤੇ ਕੁੱਟਿਆ ਗਿਆ ਸਾਡੇ ਆਪਣਿਆਂ ਦੁਆਰਾ ਹੀ ਸਰਕਾਰਾਂ ਤਾਂ ਇਹਨਾਂ ਦੋਨਾਂ ਪਾਰਟੀਆਂ ਦੀ ਸੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖ ਲਓ ਤੜਕੀ ਉੱਠ ਕੇ ਚਾਰ ਜਣੇ ਨੇ ਇੱਕ ਤਾਂ ਸੁਖਬੀਰ ਬਾਦਲ ਹੱਸਣ ਦੀ ਕਿਹੜੀ ਗੱਲ ਹੈ ਜੀ ਹਜੇ ਤਾਂ ਨਾਂ ਹੀ ਲਿਆ ਯਾਰ ਮੈਂ ਲੈ ਫਿਰ ਹੱਸ ਫਿਰ ਜੀ ਸੁਖਬੀਰ ਬਾਦਲ ਦਾ ਨਾਂ ਹੀ ਲਿਆ ਅਜੇ ਤਾਂ ਕੰਮ ਤਾਂ ਨਹੀਂ ਦੱਸਿਆ ਤਾਂ ਕੋਈ ਹਜੇ ਮੈਂ ਇੱਕੋ ਬਾਜਵਾ ਇੱਕੋ ਪਤਾ ਨਹੀਂ ਹੋ ਬੜਿੰਗ ਤੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਭ ਤੋਂ ਪਹਿਲਾਂ ਮੈਨੂੰ ਗਾਲਾਂ ਕਨੇਡਾ 'ਚ ਬਰਫ਼ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਕਾਰਨ ਕੀ ਇਹਦਾ ਮੈਂ ਥੋੜ੍ਹਾ ਜਿਹਾ ਸੋਚਿਆ ਕਾਰਨ ਕੀ ਇਹਦਾ ਕੋਈ ਗੱਲ ਨਹੀਂ ਆਲੋਚਨਾ ਕਰ ਲੈਣ ਕੋਈ ਗੱਲ ਨਹੀਂ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਦਾ ਇਹ ਹੈ ਜੀ ਅਸਲ 'ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ 'ਤੇ ਚੜ੍ਹ ਕੇ ਕੀਤੀ ਹੋਵੇ ਜਿਹੜਾ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਘਰਾਂ ਦਾ ਇੱਕ ਜਵਾਕ ਸਾਡੀਆਂ ਕੁਰਸੀਆਂ 'ਤੇ ਕੌਂ ਬਹਿ ਗਿਆ ਆਹ ਦੁੱਖ ਉਹਨਾਂ ਨੂੰ ਬਸ ਹੋਰ ਕੋਈ ਦੁੱਖ ਨਹੀਂ ਕਹਿੰਦਾ ਵੀ ਇੱਥੇ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਆ ਇਹ ਕਿਵੇਂ ਆ ਗਏ ਹਰਭਜਨ ਸਿੰਘ ਜੀ ETO ਸਾਹਿਬ ਬਿਜਲੀ ਅਤੇ PWD ਦੋ ਵੱਡੇ ਮਹਿਕਮਿਆਂ ਦੇ ਮੰਤਰੀ ਨੇ ਪਿਤਾ ਜੀ ਕੀ ਕਰਦੇ ਸੀ ਪਤਾ ਵਿਆਹਾਂ ਦੇ ਵਿੱਚ ਜਿਹੜੇ ਬੈਂਡ ਹੁੰਦੇ ਨੇ ਉਹ ਬੈਂਡ ਮਾਸਟਰ ਸੀ ਬੈਂਡ ਮਾਸਟਰ ਦਾ ਮੁੰਡਾ ਹੁਣ ਪੰਜਾਬ ਦਾ ਮੰਤਰੀ ਬਣ ਗਿਆ ਅਤੇ ਫਿਰ ਇਹ ਕਿਵੇਂ ਬਰਦਾਸ਼ਤ ਕਰਨਗੇ ਫਿਰ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ
ਅਕਾਲੀ ਦਲ ਨੇ ਉਹ ਚਲਾ ਲਈ ਹੁਣ ਯਾਤਰਾ ਕਿਹੜੀ ਪਰਿਵਾਰ ਬਚਾਓ ਯਾਤਰਾ। ਪੰਜਾਬ ਤਾਂ ਹੀ ਨਹੀਂ ਉਹ 'ਚ, ਮਸਾਂ ਤਾਂ ਬਚਾਇਆ ਪੰਜਾਬ ਉਹਨਾਂ ਤੋਂ, ਪਰਿਵਾਰ ਬਚਾਓ ਯਾਤਰਾ ਕਰ ਲਈ। ਕੋਈ ਕਿਤੇ ਗਾਲਾਂ ਕੱਢੀ ਜਾਂਦਾ ਮੈਨੂੰ, ਕੋਈ ਕਿਤੇ, ਮੈਨੂੰ ਕੋਈ ਪਰਿਵਾਰ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ, ਜੋ ਮਰਜ਼ੀ ਕਰ। ਇਹਨਾਂ ਨੇ ਤਾਂ ਨੁਕਸ ਕੱਢਣੇ ਹੀ ਕੱਢਣੇ ਨੇ ਜੀ। ਆਹ ਨੌਕਰੀਆਂ ਬਾਰੇ ਨਹੀਂ ਬੋਲਦੇ, ਕਦੇ ਵੀ ਨਹੀਂ ਬੋਲਦੇ। ਮੈਂ 150 ਆਮ ਆਦਮੀ ਕਲੀਨਿਕ ਹੋਰ ਹੋਜੂਗਾ, 800 ਆਮ ਆਦਮੀ ਕਲੀਨਿਕ ਹੋਜੂਗਾ, ਕਰੋੜ ਤੋਂ ਵੱਧ ਬੰਦਾ ਉੱਥੋਂ ਦਵਾਈ ਲੈ ਕੇ ਠੀਕ ਹੋ ਗਿਆ, ਇਹਦੇ ਬਾਰੇ ਕਦੇ ਨਹੀਂ ਬੋਲਦੇ। ਪ੍ਰਾਈਵੇਟ ਥਰਮਲ ਪਲਾਂਟ 1,080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ, ਉਹ ਖਰੀਦ ਲਿਆ, ਨਹੀਂ ਬੋਲਦੇ। ਪੰਜਾਬ ਦੇ ਸਕੂਲਾਂ ਦਾ ਕਾਇਆ ਪਲਟ ਹੋ ਰਿਹਾ, ਪ੍ਰਾਈਵੇਟ 'ਚੋਂ ਹਟਾ ਹਟਾ ਕੇ ਮਾਪੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਾਖਲ ਕਰਾ ਰਹੇ, ਕਦੇ ਨਹੀਂ ਬੋਲਦੇ। ਤੀਰਥ ਯਾਤਰਾ ਸ਼ੁਰੂ ਕੀਤੀ, ਸਾਰੇ ਬਜ਼ੁਰਗਾਂ ਨੂੰ ਅਲੱਗ ਅਲੱਗ ਤੀਰਥ ਸਥਾਨਾਂ 'ਤੇ ਲੈ ਕੇ ਜਾਂਦੇ ਹਾਂ, ਨਹੀਂ ਬੋਲਦੇ। ਬਿਜਲੀ 90% ਬਿੱਲ ਮਾਫ ਹੋ ਗਏ, ਕਦੇ ਨਹੀਂ ਬੋਲਦੇ। ਕੱਸੀਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ, ਪਿੰਡਾਂ 'ਚ ਪਾਣੀ ਜਾਣ ਲੱਗ ਗਿਆ ਨਹਿਰਾਂ ਦਾ 40-40 ਸਾਲ ਬਾਅਦ, 35-35 ਸਾਲ ਬਾਅਦ, ਕਦੇ ਨਹੀਂ ਬੋਲਦੇ। ਬਸ ਉਈ ਬਸ ਭਾਵੇਂ ਤੁਹਾਨੂੰ ਸੀਫਾ ਦੇਵੇ। ਹੁਣ ਮੇਰਾ ਇੱਕ ਦੋਸਤ ਹੈ, ਕਹਿੰਦਾ ਹੁਣ ਭਗਵੰਤ ਮਾਨ ਨੂੰ ਲਾ ਦਾਂਗੇ, ਉਹਨੂੰ ਕੋਈ ਬੰਦਾ ਕਹਿੰਦਾ ਭਗਵੰਤ ਮਾਨ ਲਾ ਦਾਂਗੇ, ਉਹ ਕਹਿੰਦਾ ਜਾਲਾ ਹੈ ਇਹ, ਵੀ ਐਂ ਲੈ ਜੂ, ਲਾ ਦਾਂਗੇ ਬਈ ਲੋਕਾਂ ਨੇ ਬਿਠਾਏ ਆ, ਤੁਸੀਂ ਲੋਕਾਂ ਕੋਲ ਜਾਓ, ਲੋਕ ਲਾ ਦੇਣੇ, ਲੋਕ ਲਾ ਸਕਦੇ ਨੇ, ਤੁਸੀਂ ਕਿਵੇਂ ਲਾ ਦੋਗੇ? ਸੋ ਇਸ ਕਰਕੇ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ, ਲੱਗੇ ਰਹਿੰਦੇ ਆ ਕੋਚ ਹੋਰ ਹੈ, ਨਵਜੋਤ ਸਿੱਧੂ ਹਾਏ ਰੱਬਾ, ਉਹ ਵਿਆਹਾਂ ਸ਼ਾਦੀਆਂ 'ਚ ਨਾ ਲੈਣ ਦੇਣ ਵਾਲੇ ਸੂਟਾਂ ਵਰਗਾ, ਉਹਨਾਂ ਨੂੰ ਨਾ ਕੋਈ ਖੋਲ੍ਹੇ ਨਾ ਕੋਈ ਸਮਾਵੇ, ਗਾਹਾਂ ਚਾੜ ਦਿੰਦੇ ਨੇ। ਕਈ ਵਾਰੀ 1-1.5 ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ, ਕਹਿੰਦੇ ਖੋਲ੍ਹੋ ਨਾ ਖੋਲ੍ਹੋ ਨਾ, ਭੂਆ ਦੀ ਕੁੜੀ ਦਾ ਵਿਆਹ 2 ਮਹੀਨੇ ਨੂੰ ਇੱਧਰ ਦੇ ਦਾਂਗੇ। ਕਾਂਗਰਸ ਦੀ ਮਾੜੀ ਕਿਸਮਤ, ਉਹਨਾਂ ਨੇ ਖੋਲ੍ਹ ਲਿਆ, ਹੁਣ ਨਾ ਤਾਂ ਸਮਾਇਆ ਜਾਂਦਾ ਨਾ ਲਿਫਾਫੇ 'ਚ ਵਾਪਸ ਪੈਂਦਾ। ਸਹੀ ਹੈ ਨਾ, ਉਹ ਲੱਗਿਆ ਰਹਿੰਦਾ ਮਿੱਤਰ ਪਿਆਰੇ ਪਤਾ ਨਹੀਂ ਕੀ, ਬਈ ਤੂੰ ਬਿਜਲੀ ਮੰਤਰੀ ਬਣਨ ਤੋਂ ਹੀ ਨਾ ਕਰਤੀ ਸੀ, ਉਦੋਂ ਬਣ ਜਾਂਦਾ, ਉਦੋਂ ਮਾਫ਼ ਕਰ ਦਿੰਦਾ ਬਿਜਲੀ। ਆਪ ਤਾਂ ਕੁਝ ਕਰਨਾ ਨਹੀਂ, ਕਿਸੇ ਨੂੰ ਕਰ ਨਹੀਂ ਦੇਣਾ, ਨੁਕਸ ਕੱਢਣੇ। ਇੱਕ ਬੰਦਾ ਸੀ ਬਹੁਤ ਨਗੋਚੀ ਸੀ, ਨੁਕਸ ਕੱਢਦਾ ਸੀ ਹਰ ਗੱਲ 'ਚ, ਨੈਗੇਟਿਵਿਟੀ ਹਰ ਗੱਲ 'ਚ ਨੁਕਸ ਕੱਢਦਾ ਸੀ। ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਕੱਢਦਾ, ਇਹ ਕੋਈ ਗੱਲ ਪੋਜ਼ਿਟਿਵ ਕਰਦੇ ਹੀ ਨਹੀਂ। ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ, ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ, ਤੈਰਨ ਦੀ ਬਜਾਏ ਤੁਰਦਾ ਸੀ, ਕਹਿੰਦੇ ਲੈ ਚੋ ਨਹੀਂ ਕੱਢ ਸਾਰਾ ਨੁਕਸ। ਬੁਲਾ ਲਿਆ ਉਹਨੂੰ ਪਿੰਡ ਦੇ ਟੋਭੇ 'ਚ, ਕੁੱਤਾ ਇਧਰਲੇ ਪਾਸੇ ਛੱਡਤਾ, ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ। ਉਹਨੂੰ ਕਹਿੰਦੇ ਹਾਂ ਦੱਸ, ਹੁਣ ਦੱਸ, ਕਹਿੰਦਾ ਮੈਂ ਸਮਝ ਗਿਆ, ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ, ਉਹਨੇ ਤਾਂ ਕੱਢਣਾ ਹੀ ਕੱਢਣਾ ਨੁਕਸ, ਬੰਦ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ, ਤੈਰਨਾ ਨਹੀਂ ਆਉਂਦਾ ਕਹਿੰਦਾ। ਸੋ ਮੈਂ ਤਾਂ ਇੱਦਾਂ ਹੀ ਹਾਂ ਵੀ ਮੈਂ ਤਾਂ ਇੱਦਾਂ ਨਹੀਂ ਹਾਂ, ਮੈਂ ਤਾਂ ਜੋ ਦਿਲ 'ਤੇ ਆ ਉਹੀ ਜ਼ਬਾਨ 'ਤੇ ਆ। ਕਈ ਵਾਰੀ ਪੱਤਰਕਾਰ ਨੂੰ ਕਹਿ ਦਿੰਦੇ ਨੇ, ਅਫਸਰ ਮੇਰੇ ਪ੍ਰੋਟੋਕੋਲ ਹੈ ਜੀ, ਵਿਧਾਨ ਸਭਾ 'ਚ ਮੈਂ ਸਵਾਲਾਂ ਜਵਾਬ ਦੇਈ ਜਾਂਦਾ ਸੀ, ਮੈਨੂੰ ਕਹਿੰਦੇ ਜੀ ਹਰੇਕ ਸਵਾਲ ਦਾ ਜਵਾਬ ਨਾ ਦਿਆ ਕਰੋ। ਮੈਂ ਕੀ ਗੱਲ, ਜਦੋਂ ਮੇਰੇ ਕੋਲ ਜਵਾਬ ਹੈਗਾ। ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ, ਮੈਂ ਕਿਹਾ ਤਾਂ ਹੀ ਤਾਂ ਪਹਿਲਾਂ ਵਾਲੇ ਨੇ, ਹੁਣ ਵਾਲੇ ਕਿਉਂ ਨਹੀਂ ਹੈਗੇ ਫਿਰ ਉਹ? ਮੈਂ ਕਿਹਾ ਮੈਂ ਹੈਗਾ, ਜਦੋਂ ਮੇਰੇ ਕੋਲ ਜਵਾਬ ਮੈਂ ਤਾਂ ਦੇਊਂਗਾ ਜਵਾਬ, ਕਿਹੜਾ ਪ੍ਰੋਟੋਕੋਲ? ਨਾ ਜੀ ਇੰਨੇ ਕੁ ਬੰਦੇ ਨੇ, ਜਿਵੇਂ ਹੁਣ ਇਹੋ ਜਿਹੇ ਪ੍ਰੋਗਰਾਮ 'ਚ ਕਦੋਂ ਮੁੱਖ ਮੰਤਰੀ ਆਉਂਦੇ ਹੁੰਦੇ ਸੀ, ਉਹ ਛੋਟਾ ਜਿਹਾ ਪ੍ਰੋਗਰਾਮ ਹੈ, ਛੋਟਾ ਹੈ। ਮੈਂ ਕਿਹਾ ਯਾਰ ਕਿਸੇ, ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦਿਓ, ਜੇ 50 ਘਰਾਂ 'ਚ ਵੀ ਮੇਰੀ ਵਜ੍ਹਾ ਕਰਕੇ ਤਰੱਕੀ ਦੇ ਦੀਵੇ ਬਲਦੇ ਨੇ ਅਤੇ ਚੁੱਲ੍ਹੇ 'ਚ ਅੱਗ ਬਲਦੀ ਹੈ, ਮੈਨੂੰ ਤਾਂ ਇਦੋਂ ਵੱਧ ਖੁਸ਼ੀ ਹੋ, ਇਦੋਂ ਵੱਧ ਪੁੰਨ ਦਾ ਕੰਮ ਹੋਰ ਕੀ ਹੋ ਸਕਦਾ ਜੀ ਅੱਜ ਦੇ ਜ਼ਮਾਨੇ 'ਚ। ਸੋ ਇਸ ਕਰਕੇ ਮੈਂ ਕਹਿਣਾ ਕਿ ਤੁਸੀਂ ਜਾ ਕੇ ਇਮਾਨਦਾਰੀ ਨਾਲ ਕੰਮ ਕਰਨਾ, ਲੀਗਲ ਜਿਹੜੀਆਂ ਤੁਹਾਡੀਆਂ ਅੜਚਣਾਂ ਸਾਰੀਆਂ ਅਸੀਂ ਹਟਾ ਕੇ ਤੁਹਾਨੂੰ ਕੰਮ 'ਤੇ ਦਿੱਤਾ, ਕਿਉਂਕਿ ਕੋਈ ਤੁਹਾਨੂੰ ਕੋਈ ਨੋਟਿਸ ਨਹੀਂ ਆਊਗਾ, ਜਿੰਨੀਆਂ ਵੀ ਨਿਯੁਕਤੀ ਪੱਤਰ ਦਿੱਤੇ ਨੇ ਸਾਰੇ ਬਹਿ ਕੇ ਆਪਦੀਆਂ ਕੁਰਸੀਆਂ 'ਤੇ ਕੰਮ ਕਰ ਰਹੇ ਨੇ। ਹਾਂ, ਆਪਦੀ ਅਹਿਮੀਅਤ ਜ਼ਰੂਰ ਬਣਾਇਓ ਦਫ਼ਤਰ ਦੇ ਵਿੱਚ, ਐਂ ਨਾ ਸੋਚੋ ਵੀ ਆਹ ਮੇਰੀ ਨੌਕਰੀ ਛੋਟੀ ਹੈ ਜਾਂ ਮੇਰੀ ਨੌਕਰੀ ਛੋਟੀ ਵੱਡੀ ਨਹੀਂ ਹੁੰਦੀ। ਕੋਈ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ, ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ, ਜਰਾ ਸੋਚੋ ਜੇ ਲੱਖ 'ਚੋਂ ਰੁਪਈਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ, ਉਹ ਵੀ 99,000 ਨਾ ਹੋ 99 ਬਣ ਜਾਂਦਾ ਫਿਰ।
ਸੋ ਹਰ ਇੱਕ ਬੰਦੇ ਦੀ ਵੈਲਿਊ ਹੈ, ਆਪਣੀ ਬਿਲਕੁਲ ਵੈਲਿਊ ਬਣਾ ਕੇ ਰੱਖਿਓ ਕਿ ਮੇਰੀ ਅਹਿਮੀਅਤ ਹੈ। ਕੁਰਸੀ ਨੂੰ ਛੋਟੀ ਵੱਡੀ ਨਾ, ਹਾਂ ਮੈਂ ਵੀ ਮੇਰੇ ਸਾਈਨ ਹੋਣਗੇ ਤਾਂ ਕੰਮ ਹੋਣਗੇ ਲੋਕਾਂ ਦੇ। ਦੁਆਵਾਂ ਲੈ ਕੇ ਜਾਓ ਹਰ ਰੋਜ਼ ਘਰੇ, ਅੱਜ ਤਾਂ ਕੜਾਹੀ ਚੜੂਗੀ, ਮੈਂ ਲੱਗਦਾ ਕੜਾਹੀ ਚੜ੍ਹਨੇ ਪਾ ਦਿਓ ਵੀਡੀਓ, ਠੀਕ ਹੈ ਨਾ। ਅੱਜ ਤਾਂ ਉਹ ਵੀ ਆਉਣਗੇ ਰਿਸ਼ਤੇਦਾਰ ਜਿਹੜੇ ਪਹਿਲਾਂ ਇਹਦਾ ਕੁਛ ਨਹੀਂ ਬਣਨਾ, ਮਾਰੀ ਜਾਂਦਾ ਅੱਜ ਉਹ ਮਿਠਾਈ ਦੇ ਡੱਬੇ ਲਿਆ, ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਬਹੁਤ ਕੁਛ ਬਣ ਮਨ ਤਾਂ ਪਹਿਲਾਂ ਕਹੀ ਜਾਂਦੇ ਨੇ ਇਹਦਾ ਕੱਖ ਨਹੀਂ ਬਣਨਾ, ਇਹ ਨਲਾਇਕ ਨਿਕਲਿਆ। ਜਦੋਂ ਕੁਛ ਬਣ ਜਾਏਗਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਬਣੂ ਕੁਛ ਨਾ ਕੁਛ। ਚੜ੍ਹਦੇ ਨੂੰ ਸਲਾਮਾਂ ਕਰਦੀ ਹੈ ਦੁਨੀਆ, ਠੀਕ ਹੈ ਨਾ। ਮੰਜ਼ਿਲਾਂ ਵੱਡੀਆਂ ਰੱਖੋ, ਜ਼ਰੂਰ ਅਚੀਵ ਹੋਣਗੀਆਂ। ਔਰ ਮੰਜ਼ਿਲ ਵੱਲ ਨੂੰ ਅਰਜਣ ਵਾਲੀ ਅੱਖ ਵਾਂਗੂ ਮੱਛੀ ਦੀ ਅੱਖ ਹੀ ਦਿਸੇ, ਬਸ ਫਿਰ ਅਚੀਵਮੈਂਟ ਹੋ ਸਕਦੀ, ਬਹੁਤ ਵੱਡੀ ਵੱਡੀ ਅਚੀਵਮੈਂਟ ਹੋ। ਮੈਂ ਕਹਿੰਦਾ ਤੁਹਾਡੇ ਸਾਹਮਣੇ ਕਦੇ ਸੋਚਿਆ ਸੀ ਕੁਛ ਆਇਆ ਨਾ। ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣ ਲੱਗਿਆ ਕਿ ਇਮਾਨਦਾਰੀ ਨਾਲ ਆਪਣਾ ਕੰਮ ਨਿਭਾਇਆ ਕਰਿਓ ਉੱਥੇ, ਅਤੇ ਨਾਲੇ ਹੋਰ ਕਿਹੜੀ ਪੜ੍ਹਾਈ ਕਰਕੇ ਤੁਹਾਡੇ ਕੋਲ, ਦੇਖੋ ਹੁਣ ਤੁਹਾਡੇ ਕੋਲ ਆਉਣਗੇ, ਕੋਈ ਬਗਾਨੇ ਪਿੰਡ ਤੋਂ ਵੀ ਆਊਗਾ, ਕੋਈ ਮੁਹੱਲੇ 'ਚੋਂ ਤੁਹਾਡੇ ਆਊਗਾ, ਜਦੋਂ ਨੌਕਰੀਆਂ ਦਾ ਪਤਾ ਲੱਗ ਗਿਆ ਤੁਹਾਡੇ ਕੋਲ ਆਉਣਗੇ, ਪੁੱਛਣ, ਮਾਪੇ ਵੀ ਆਉਣਗੇ ਵੀ ਕਿਹੜੀ ਕਿਤਾਬ ਪੜ੍ਹੀ ਸੀ ਭਾਈ, ਅਸੀਂ ਵੀ ਨੌਕਰੀ ਲੈਣੀ। ਲੁਕੋਇਓ ਨਾ ਗੱਲ, ਇਹ ਦੱਸ ਦਿਓ ਕਿ ਆਹ ਕਿਤਾਬ ਪੜ੍ਹਨ ਨਾਲ ਇੰਨੇ ਨੰਬਰ ਲੈਣ ਨਾਲ ਨੌਕਰੀ ਮਿਲ ਜਾਂਦੀ ਹੈ, ਦੱਸੋ ਫੈਲਾਓ ਗੱਲਾਂ, ਉਹ ਵੀ ਉਹਨਾਂ ਨੂੰ ਵੀ ਮਿਲ ਜੂਗੀ ਨੌਕਰੀ। ਆਪਾਂ ਉਹਨਾਂ ਤੋਂ ਰੋਕੋ ਨਾ ਉਹਨਾਂ ਨੂੰ ਵੀ ਨਹੀਂ ਬਸ ਆਪਾਂ ਦੱਸੀਏ ਨਾ, ਨਹੀਂ ਤਾਂ ਇਹ ਵੀ ਬਣ ਜੂ, ਐਂ ਫਿਰ ਕੀ ਹੁੰਦਾ, ਉਹ ਵੀ ਬਣ ਜੂ। ਸਮਾਜ ਦਾ ਤਰੱਕੀ ਤਾਂ ਹੀ ਕਰੂਗੇ ਨਾ, ਸਾਰੇ ਹੀ ਕਾਮਯਾਬ ਹੋਣਗੇ। ਸੋ ਇਸ ਕਰਕੇ ਸਾਰਿਆਂ ਨੂੰ ਦੱਸਿਓ ਕਿ ਕਿਵੇਂ ਪੜ੍ਹਾਈ ਹੁੰਦੀ ਹੈ, ਕਿਹੜਾ ਟੈਸਟ ਕਰਨਾ ਦੇਣਾ ਪੈਂਦਾ, ਅਤੇ ਜੇ ਨੰਬਰ ਆਉਣਗੇ ਪੱਕਾ ਮੈਰਿਟ 'ਤੇ ਉਹਨਾਂ ਦੇ ਘਰ ਵੀ ਚਿੱਠੀ ਜਾਊਗੀ। ਇੱਕ ਮੁੰਡਾ ਐਸ ਡੀ ਓ ਦੇ ਪੇਪਰ ਦੇ ਕੇ ਬਾਹਰ ਚਲਾ ਗਿਆ ਕੈਨੇਡਾ, ਇੱਥੇ ਆਇਆ ਸੀ ਉਹ, ਪੇਪਰ ਦੇ ਕੇ ਬਾਹਰ ਚਲਾ ਗਿਆ, ਬਾਅਦ 'ਚ ਐਸ ਡੀ ਓ ਦੀ, ਮੈਂ ਕਿਹਾ ਬਿਜਲੀ ਬੋਰਡ 'ਚ ਸੀਗਾ, ਐਸ ਡੀ ਓ ਦੀ ਚਿੱਠੀ ਆ ਗਈ ਘਰ, ਉਹਦੇ ਬਾਪੂ ਨੇ ਕਿਹਾ ਕਹਿੰਦਾ ਪੁੱਤ ਤੂੰ ਐਸ ਡੀ ਓ ਬਣ ਗਿਆ ਬਿਜਲੀ ਬੋਰਡ 'ਚ। ਉਹ ਕਹਿੰਦਾ ਠੀਕ ਹੈ, ਮਹੀਨੇ ਬਾਅਦ ਵਾਪਸ ਆ ਗਏ, ਵਾਪਸ ਆ ਕੇ ਜੁਆਇਨ ਕਰ ਲਈ। ਆਪਦੇ ਘਰ ਨੌਕਰੀ ਮਿਲੇ, ਆਪਦੇ ਆਪਦੀ ਧਰਤੀ 'ਤੇ ਆਪਦੇ ਲੋਕਾਂ 'ਚ ਨੌਕਰੀ ਮਿਲੇ, ਇੱਦੋਂ ਵਧੀਆ ਹੋਰ ਕੀ ਹੋ ਸਕਦਾ ਜੀ। ਘਰ ਆਓ, ਰਿਸ਼ਤੇਦਾਰਾਂ 'ਚ, ਦੋਸਤਾਂ ਮਿੱਤਰਾਂ 'ਚ, ਬਾਹਰ ਤਾਂ ਚਲੇ ਜਾਂਦੇ ਹਾਂ ਪਰ ਮਨ ਤਾਂ ਇੱਥੇ ਹੀ ਰਹਿੰਦਾ ਹੈ, ਦੀਵਾਲੀਆਂ ਦੁਸਹਿਰੇ ਮਨਾਉਣ ਤਾਂ ਇੱਥੇ ਹੀ ਆਉਂਦੇ ਹਾਂ, ਸਰੀਰ ਚਲਾ ਜਾਂਦਾ ਮਨ ਇੱਥੇ ਹੀ ਰਹਿ ਜਾਂਦਾ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਿਲਕੁਲ ਇਹਨੂੰ ਪਹਿਲੀ ਨੌਕਰੀ ਨਹੀਂ ਸਮਝਣਾ, ਹੋਰ ਤਰੱਕੀਆਂ ਕਰੋ। ਯੂ ਪੀ ਐੱਸ ਸੀ ਤੱਕ ਦੇ ਅਸੀਂ ਸੈਂਟਰ ਖੋਲ੍ਹਣ ਜਾ ਰਹੇ ਹਾਂ, ਯੂ ਪੀ ਐੱਸ ਸੀ ਦੀ ਤਿਆਰੀ ਕਰੋ, ਆਈ ਐੱਸ ਅਫਸਰ ਬਣੋ, ਡੀ ਸੀ ਬਣੋ, ਐੱਸ ਐੱਸ ਪੀ ਬਣੋ, ਚੰਗਾ ਲੱਗੂਗਾ, ਪੰਜਾਬ ਤਰੱਕੀ ਕਰ ਰਿਹਾ ਔਰ ਕੋਈ ਪੈਸਾ ਨਹੀਂ ਲੱਗ ਰਿਹਾ। ਸੋ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਇੱਕ ਸੰਵਾਦ ਕਰਨਾ ਸੀ ਕਿ ਆਪਣੀ ਕਲਾ ਨੂੰ, ਆਪਣੀ ਆਰਟ ਨੂੰ ਪਛਾਣੋ। ਸੁਖਵਿੰਦਰ ਨੇ ਬਹੁਤ ਸਟਰਗਲ ਕੀਤਾ, ਜਲੰਧਰ ਦੂਰਦਰਸ਼ਨ 'ਤੇ ਗਾਣੇ ਸੁਣਦੇ ਹੁੰਦੇ ਸੀ, ਲਾਰਾ ਲੱਪਾ ਵਗੈਰਾ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਆਉਂਦੇ ਸੀ, ਤਾਂ ਕਿੱਥੇ ਬਾਲੀਵੁੱਡ, ਬੋਂਬੇ ਜਾ ਕੇ ਇੱਕਦਮ ਕੰਮ ਨਹੀਂ ਮਿਲਦਾ, ਉੱਥੇ ਉੱਥੇ ਫੁੱਟਪਾਥ 'ਤੇ ਵੀ ਸੌਣਾ ਪੈ ਸਕਦਾ, ਬਹੁਤ ਵੱਡੀ ਇੰਡਸਟਰੀ ਹੈ, ਉੱਥੇ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਿਲ, ਉੱਥੇ ਫਾਕੇ ਵੀ ਕੱਟੇ ਨੇ, ਅਤੇ ਹੌਲੀ ਹੌਲੀ ਕਿਤੋਂ ਨਾ ਕਿਤੋਂ ਕਿਤੋਂ ਨਾ ਕਿਤੋਂ ਜਿਵੇਂ ਕਹਿੰਦੇ ਗੁੱਡੀ ਚੜ੍ਹਦੀ ਚੜ੍ਹਦੀ ਚੜ੍ਹ ਜਾਂਦੀ, ਕੋਈ ਗਾਣਾ ਕਲਿੱਕ ਹੋ ਗਿਆ ਅਤੇ ਅੱਜ ਬਾਲੀਵੁੱਡ ਦੇ ਵਿੱਚ ਇਸ ਤੋਂ ਉੱਚੀ ਅਤੇ ਇਸ ਤੋਂ ਸੁਰੀਲੀ ਆਵਾਜ਼ ਨਹੀਂ ਹੈਗੀ ਅੱਜ। ਸੋ ਇਹ ਮਤਲਬ ਉੱਥੇ ਪੈਰ, ਅੱਛਾ ਉੱਥੇ ਕਈ ਵਾਰੀ ਹਿੱਟ ਹੋ ਜਾਂਦੇ, ਬਹੁਤ ਸਾਰੇ ਲੋਕ ਹਿੱਟ ਹੋ ਜਾਂਦੇ, ਵਨ ਸੌਂਗ ਵੰਡਰ ਬਹੁਤ ਨੇ ਉੱਥੇ, ਇੱਕ ਗਾਣਾ ਹਿੱਟ ਹੋਇਆ ਬਾਅਦ 'ਚ ਲੱਭਿਆ ਹੀ ਨਹੀਂ ਕੁਛ। ਕਿੰਨੇ ਸਾਲਾਂ ਤੋਂ ਸੁਖਵਿੰਦਰ ਨੇ ਆਪਣੀ ਜਗ੍ਹਾ ਬਣਾਈ ਹੋਈ ਹੈ ਉੱਥੇ, ਇਹਦੇ ਬਿਨਾਂ ਪੰਜਾਬ ਕੋਈ ਵੀ ਫਿਲਮ ਹਿੰਦੀ ਦੀ ਇਹਦੇ ਗੀਤ ਬਿਨਾਂ ਅਧੂਰੀ ਲੱਗਦੀ ਹੈ, ਪ੍ਰੋਡਿਊਸਰ ਜਾਂ ਡਾਇਰੈਕਟਰ ਕਹਿੰਦਾ ਸੁਖਵਿੰਦਰ ਕਹੇ ਗਾਣਾ ਚਾਹੀਏ ਚਾਹੀਏ, ਬਸ ਇਹ ਜ਼ਰੂਰਤ ਬਣ ਗਿਆ, ਇਹ ਫਿਲਮ ਦੀ ਜ਼ਰੂਰਤ ਬਣ ਗਿਆ, ਨਾ ਕਿ ਇਹ ਕਰੇ ਕਿ ਮੇਰਾ ਮਿੱਤਰ ਆ ਡਾਇਰੈਕਟਰ ਜਾਂ ਇਹਨੂੰ ਕਹੇ ਦੋ ਗਾਣੇ ਮੈਥੋਂ ਗਵਾ ਲਾ, ਨਾ ਉਹ ਇਹਦੇ ਕੋਲ ਆਉਂਦੇ ਨੇ, ਇਹ ਆਪਣੀਆਂ ਸ਼ਰਤਾਂ 'ਤੇ ਗਾਉਂਦਾ। ਸੋ ਕਲਾ ਕਲਾ ਪਰਮਾਤਮਾ ਨੇ ਦਿੱਤੀ ਹੈ, ਇਹ ਤਾਂ ਕੋਈ ਰੋਕ ਨਹੀਂ ਸਕਦਾ,
ਦਰਿਆਵਾਂ ਨੂੰ ਨੱਕੇ ਥੋੜ੍ਹੀ ਲੱਗਦੇ ਹੁੰਦੇ ਆ, ਦਰਿਆ ਤਾਂ ਆਪਦਾ ਰਸਤਾ ਬਣਾਉਂਦੇ ਹੁੰਦੇ ਨੇ। ਸੋ ਕੋਈ ਕਦੇ ਕੋਈ ਪਾਰਟੀ 'ਚ ਹੁਣ ਤੁਸੀਂ ਦੇਖੋ ਸਾਰੀ ਕਾਂਗਰਸ ਬੀਜੇਪੀ 'ਚ ਫਿਰਦੀ ਹੈ, ਕੈਪਟਨ ਬੀਜੇਪੀ 'ਚ ਫਿਰਦਾ ਹੈ, ਉਹ ਜਾਖੜ ਉਹਦੇ ਨਾਲ ਬੁਰੀ ਹੋਈ ਹੈ, ਉਹ ਕੈਪਟਨ ਤੋਂ ਦੁਖੀ ਹੋ ਕੇ ਗਿਆ ਸੀ, ਕੈਪਟਨ ਵੀ ਆ ਗਿਆ ਨਾਲ ਹੀ, ਉਹ ਮੂਹਰੇ ਖੜਾ ਹੁਣ ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ, ਵਿੱਚ ਵਿੱਚ ਕੋਈ ਮਤਲਬ ਪੰਚ ਮਨਪ੍ਰੀਤ ਬਾਦਲ ਵੀ ਫਿਰਦਾ ਉਧਰੀ, ਕੋਈ ਪਤਾ ਨਹੀਂ ਕਦੋਂ ਕਿਹੜੀ ਇਹਦਾ। ਕਈਆਂ ਨੂੰ ਤਾਂ ਨਾ ਕਈ ਤਾਂ ਇਹੋ ਜਿਹੇ ਨੇ ਪੰਜਾਬ 'ਚ ਲੀਡਰ, ਸਵੇਰੇ ਜਾਂਦੇ ਜਾਂਦੇ ਗੱਡੀ 'ਚ ਡਰਾਈਵਰ ਨੂੰ ਪੁੱਛਦੇ ਨੇ ਭੋਗ 'ਤੇ ਜਾਣਾ ਅੱਜ ਆਪਾਂ ਕਿਹੜੀ ਪਾਰਟੀ ਕੋਲ ਬੋਲਾਂਗੇ, ਆਪ ਨੂੰ ਵੀ ਨਹੀਂ ਪਤਾ ਕਿੰਨੀਆਂ ਬਦਲੀਆਂ। ਮੈਂ ਕਹਿਣਾ ਚਾਹੁੰਦਾ ਮੈਂ ਪੰਜਾਬ ਦੀ ਇੱਜ਼ਤ ਅਤੇ ਅਣਖ ਨੂੰ ਕਦੇ ਦਾਗ ਨਹੀਂ ਲੱਗਣ ਦੇਊਂਗਾ, ਇਹ ਤਾਂ ਮੇਰੇ 'ਤੇ ਯਕੀਨ ਰੱਖਿਓ। ਗੁਰਭਜਨ ਗਿੱਲ ਜੀ ਦਾ ਇੱਕ ਸ਼ੇਅਰ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਦਰਿਆ ਦੀ ਆਪਦੀ ਪਛਾਣ ਖਤਮ ਹੋ ਜਾਂਦੀ ਹੈ ਨਾ, ਜਦੋਂ ਸਮੁੰਦਰ 'ਚ ਰਲ ਗਿਆ ਫਿਰ ਕੌਣ ਪੁੱਛਦਾ ਕੌਣ ਸਮੁੰਦਰ ਦਾ ਪਾਣੀ ਕਹਿੰਦੇ ਨੇ, ਦਰਿਆ ਜਦੋਂ ਜਿੰਨਾ ਚਿਰ ਆਪ ਹੈ ਉਹਨਾਂ 'ਚ ਦਰਿਆ ਹੈ, ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ, ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਸੋ ਪੰਜਾਬ ਦੀ ਗਰਦਨ ਆਪਾਂ ਉੱਚੀ ਰੱਖਣੀ ਹੈ, ਪੰਜਾਬ ਦੀ ਗਰਦਨ ਝੁਕਣ ਨਹੀਂ ਦੇਣੀ। ਆਹ ਗੱਲਾਂ ਤੁਹਾਡੇ ਨਾਲ ਕਹਿਣੀਆਂ ਸੀ। ਲੋਕੋ ਕੋ ਅਕਸਰ ਕਹਿਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਅੱਜ ਦੀ ਇਸ ਸਮਾਗਮ ਲਈ। ਧੰਨਵਾਦ।